ਸਸਕੀ ਗੱਲ ਦੋਸਤੋ ਇਸ ਵੀਡੀਓ ਚ ਗੱਲ ਕਰਾਂਗੇ ਲਿਵ ਇਨ ਰਿਲੇਸ਼ਨਸ਼ਿਪ ਬਾਰੇ ਲਿਵ ਇਨ ਰਿਲੇਸ਼ਨਸ਼ਿਪ ਵਾਸਤੇ ਆਪਣੇ ਦੇਸ਼ ਚ ਕੋਈ ਐਕਟ ਨਹੀਂ ਹੈ ਕੁਝ ਜਿਹੜੀਆਂ ਜਜਮੈਂਟਸ ਹੈਗੀਆਂ ਮਾਨਯੋਗ ਸੁਪਰੀਮ ਕੋਰਟ ਦੀਆਂ ਜਜਮੈਂਟ ਦੇ ਅਨਸਾਰ ਜੇ ਕੋਈ ਵਿਅਕਤੀ ਅਨਮੈਰਿਡ ਹੈ ਜਾਂ ਡਿਵੋਰਸਡ ਹੋਇਆ ਹੈ ਜਾਂ ਵਾਈਫ ਦੀ ਡੈਥ ਹੋ ਚੁੱਕੀ ਹੈ ਜਾਂ ਕਿਸੇ ਦੇ ਹਸਬੰਡ ਦੀ ਡੈਥ ਹੋ ਚੁੱਕੀ ਹੈ ਇਸ ਕੰਡੀਸ਼ਨ ਚ ਹੀ ਉਹ ਲਿਵ ਇਨ ਰਿਲੇਸ਼ਨਸ਼ਿਪ ਚ ਰਹਿ ਸਕਦਾ ਹੈ ਲਿਵਨ ਰਿਲੇਸ਼ਨਸ਼ਿਪ ਦਾ ਮਤਲਬ ਹੁੰਦਾ ਹੈ ਇੱਕ ਆਦਮੀ ਤੇ ਇੱਕ ਔਰਤ ਦੋਨੇ ਵਿਆਹੇ ਨਹੀਂ ਹੋਏ ਉਹ ਤੈਅ ਕਰਦੇ ਨੇ ਕਿ ਦੋਨਾਂ ਨੇ ਇਕੱਠੇ ਰਹਿਣਾ ਲਗਾਤਾਰ ਇਕੱਠੇ ਰਹਿਣਾ ਉਸ ਨੂੰ ਲਿਵਨ ਰਿਲੇਸ਼ਨਸ਼ਿਪ ਕਹਿ ਦਿੰਦੇ ਆ ਮਤਲਬ ਇੱਕ ਆਦਮੀ ਤੇ ਇੱਕ ਔਰਤ ਦੋਨੋਂ ਇਕੱਠੇ ਹੀ ਇੱਕ ਹੀ ਛੱਤ ਦੇ ਥੱਲੇ ਰਹਿੰਦੇ ਹੋਣ ਉਹਨਾਂ ਵਿੱਚ ਹਸਬੰਡ ਵਾਈਫ ਵਰਗਾ ਰਿਲੇਸ਼ਨਸ਼ਿਪ ਹੋਵੇ ਸੰਭਾਵਿਕ ਹੈ ਕਿ ਜੇ ਦੋਨੋਂ ਪਤੀ ਪਤਨੀ ਵਾਂਗ ਰਹਿ ਰਹੇ ਆ ਤਾਂ ਸ਼ਰੀਰਿਕ ਸਬੰਧ ਵੀ ਬਣਨਗੇ ਮੰਨ ਲਓ ਸ਼ਰੀਰਿਕ ਸਬੰਧ ਬਣਨ ਤੇ ਜੇ ਕੋਈ ਬੱਚਾ ਪੈਦਾ ਹੋ ਜਾਂਦਾ ਹੈ ਪਾਲਣ ਪੋਸ਼ਣ ਵੀ ਕਰਨਾ ਹੋਵੇਗਾ ਉਹਨਾਂ ਨੂੰ ਚਾਹੇ ਉਹ ਕਾਨੂੰਨੀ ਤੌਰ ਤੇ ਪਤੀ ਪਤਨੀ ਨਹੀਂ ਹੈਗੇ ਮੰਨ ਲਓ ਕਿਸੇ ਸਮੇਂ ਵੀ ਲੜਕਾ ਹੈ ਜੇ ਚਾਹੁੰਦਾ ਹੈ ਕਿ ਉਹ ਕਿਸੇ ਹੋਰ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ ਚਾਹੇ ਕਿੰਨੇ ਵੀ ਸਾਲ ਹੋ ਗਏ ਹੋਣ ਲਿਮਿਟਡ ਰਿਲੇਸ਼ਨਸ਼ਿਪ ਦੇ ਵਿੱਚ 4-5 ਸਾਲ ਹੋ ਗਏ ਹੋਣ ਜਾਂ ਇਸ ਤੋਂ ਵੀ ਜ਼ਿਆਦਾ ਹੋ ਗਏ ਹੋਣ ਕੋਈ ਬੰਦੇਸ਼ ਨਹੀਂ ਇੱਕ ਦੂਸਰੇ ਨੂੰ ਕਦੇ ਵੀ ਛੱਡ ਸਕਦੇ ਨੇ ਛੱਡ ਕੇ ਕਿਸੇ ਹੋਰ ਨਾਲ ਵਿਆਹ ਕਰ ਸਕਦੇ ਨੇ ਇਸ ਰਿਸ਼ਤੇ ਨੂੰ ਕਿਸੇ ਵੀ ਤਰੀਕੇ ਨਾਲ ਪਤੀ ਪਤਨੀ ਦੀ ਮਾਨਤਾ ਨਹੀਂ ਮਿਲਦੀ ਲਿਵਨ ਰਿਲੇਸ਼ਨਸ਼ਿਪ ਲੜਕਾ ਲੜਕੀ ਜਿੰਨਾ ਚਿਰ ਮਰਜੀ ਰਹੇ ਹੋਣ ਕਦੇ ਵੀ ਕੋਈ ਵੀ ਕਿਸੇ ਨੂੰ ਛੱਡ ਕੇ ਜਾ ਸਕਦਾ ਕੋਈ ਵੀ ਵਿਅਕਤੀ ਦੋਨਾਂ ਵਿੱਚੋਂ ਵਿਆਹ ਵਾਸਤੇ ਦਬਾਅ ਨਹੀਂ ਪਾ ਸਕਦਾ ਇਸ ਰਿਸ਼ਤੇ ਨੂੰ ਕੋਈ ਵੀ ਕਾਨੂੰਨੀ ਪ੍ਰੋਟੈਕਸ਼ਨ ਨਹੀਂ ਹੈਗੀ ਹੁਣ ਗੱਲ ਕਰਾਂਗੇ ਲਿਵਨ ਰਿਲੇਸ਼ਨਸ਼ਿਪ ਵਿੱਚ ਸਾਵਧਾਨੀਆਂ ਕੀ ਕੀ ਹੋਣੀਆਂ ਚਾਹੀਦੀਆਂ ਤਾਂ ਜੋ ਕੋਈ ਲੀਗਲ ਡਿਸਪਿਊਟ ਨਾ ਹੋਵੇ ਆਪਣੇ ਦੇਸ਼ ਦੇ ਵਿੱਚ ਇਸ ਵਾਸਤੇ ਕੋਈ ਕਾਨੂੰਨੀ ਬਣਿਆ ਸਿਰਫ ਸੁਪਰੀਮ ਕੋਰਟ ਦੀਆਂ ਕੁਝ ਜੱਜਮੈਂਟਸ ਨੇ ਇਹ ਜਿਹੜਾ ਕਾਨੂੰਨ ਹੈ ਫੋਰਨ ਦਾ ਕਾਨੂੰਨ ਹੈ ਸਭ ਤੋਂ ਪਹਿਲਾਂ ਲਿਵਨ ਰਿਲੇਸ਼ਨਸ਼ਿਪ ਵਾਸਤੇ ਜਿਹੜੀ ਏਜ ਹੈ ਲੜਕਾ ਲੜਕੀ ਦੋਨਾਂ ਦੀ 18 ਸਾਲ ਹੋਣੀ ਚਾਹੀਦੀ ਜੇ ਮੰਨ ਲਓ ਲੜਕੀ 18 ਸਾਲ ਤੋਂ ਘੱਟ ਹੈ ਲੜਕਾ 18 ਸਾਲ ਤੋਂ ਜ਼ਿਆਦਾ ਹੈ ਤਾਂ ਰੇਪ ਦਾ ਕੇਸ ਪੈ ਸਕਦਾ ਉਸਤੇ ਜੇ ਲੜਕਾ 18 ਸਾਲ ਤੋਂ ਘੱਟ ਹੈ ਲੜਕੀ 18 ਸਾਲ ਤੋਂ ਜ਼ਿਆਦਾ ਹੈ ਲੜਕੀ ਤੇ ਵੀ ਕੇਸ ਹੋ ਸਕਦਾ ਇਸ ਦੇ ਵਿੱਚ ਇੱਕ ਐਗਰੀਮੈਂਟ ਕੀਤਾ ਜਾਂਦਾ ਹੈ ਐਗਰੀਮੈਂਟ ਤਾਂ ਕੀਤਾ ਜਾਂਦਾ ਹੈ ਕਿ ਕੱਲ ਨੂੰ ਮੰਨ ਲਓ ਜੇ ਕੋਈ ਲੜਕਾ ਉਸਤੇ ਲੜਕੀ ਰੇਪ ਦਾ આરોਪ ਨਾ ਲਗਾ ਸਕੇ ਬਿਨਾ ਐਗਰੀਮੈਂਟ ਦੇ ਰਹਿੰਦੇ ਹੋ ਤਾਂ ਕਦੇ ਵੀ ਕੋਈ ਡਿਸਪਿਊਟ ਹੋ ਸਕਦਾ ਐਗਰੀਮੈਂਟ ਦੇ ਵਿੱਚ ਕੁਝ ਰੂਲਸ ਕੰਡੀਸ਼ਨ ਰੱਖੀਆਂ ਜਾਂਦੀਆਂ ਜਿਵੇਂ ਕਿਸ ਤਰੀਕ ਤੋਂ ਨਾਲ ਰਹਿਣਾ ਖਰਚਾ ਕੌਣ ਕਰੇਗਾ ਇਸ ਤੋਂ ਇਲਾਵਾ ਹੋਰ ਵੀ ਕਾਫੀ ਚੀਜ਼ਾਂ ਲਿਖੀਆਂ ਜਾਂਦੀਆਂ ਐਗਰੀਮੈਂਟ ਜ਼ਰੂਰ ਕਰਵਾਉਣਾ ਚਾਹੀਦਾ ਹੈ ਕਿਸੇ ਵੀ ਡਿਸਪਿਊਟ ਦਾ ਡਰ ਨਹੀਂ ਰਹਿੰਦਾ ਮੰਨ ਲਓ ਕਿਸੇ ਜਗ੍ਹਾ ਤੇ ਤੁਸੀਂ ਰੈਂਟ ਤੇ ਰਹਿ ਰਹੇ ਹੋ ਤਾਂ ਦੋਨਾਂ ਦੇ ਨਾਂ ਤੇ ਰੈਂਟ ਐਗਰੀਮੈਂਟ ਬਣਵਾਓ ਪੈਸੇ ਕੌਣ ਦੇਵੇਗਾ ਇਹ ਵੀ ਲਿਖੋ ਐਗਰੀਮੈਂਟ ਚ ਮੈਂਸ਼ਨ ਜ਼ਰੂਰ ਕਰੋ ਜੇ ਬੱਚਾ ਹੋ ਗਿਆ ਤਾਂ ਕੌਣ ਪਾਲੇਗਾ ਖਰਚਾ ਕੌਣ ਕਰੇਗਾ ਮਿਲਣਾ ਹੋਵੇਗਾ ਤਾਂ ਕੀ ਕੰਡੀਸ਼ਨਸ ਹੋਣਗੀਆਂ ਜ਼ਰੂਰ ਲਿਖਣਾ ਚਾਹੀਦਾ ਕਿਉਂਕਿ ਕਿਸੇ ਵੇਲੇ ਵੀ ਕਿਸੇ ਵੇਲੇ ਵੀ ਆਣਬੜ ਹੋ ਗਈ ਤਾਂ ਬਾਅਦ ਚ ਡਿਸਪਿਊਟ ਪੈਦਾ ਹੋ ਜਾਂਦਾ ਐਗਰੀਮੈਂਟ ਚ ਜ਼ਰੂਰ ਲਿਖੋ ਘਰ ਦਾ ਖਰਚਾ ਕੌਣ ਕਰੇਗਾ ਰੈਂਟ ਕੌਣ ਦੇਵੇਗਾ ਜਾਂ ਹੋਰ ਕਿਸੇ ਵੀ ਤਰ੍ਹਾਂ ਦੇ ਖਰਚੇ ਉਸ ਨੂੰ ਜ਼ਰੂਰ ਲਿਖਵਾਓ ਸੁਪਰੀਮ ਕੋਰਟ ਦੀ ਗਾਈਡਲਾਈਨਸ ਕਹਿੰਦੀ ਹੈ ਕਿ ਇੱਕ ਸਮੇਂ ਇੱਕ ਨਾਲ ਹੀ ਸਬੰਧ ਬਣਾ ਕੇ ਰੱਖ ਸਕਦੇ ਹੋ ਨਾ ਤਾਂ ਲੜਕੀ ਕਈ ਲੜਕਿਆਂ ਨਾਲ ਸਬੰਧ ਬਣਾ ਕੇ ਰੱਖ ਸਕਦੀ ਹੈ ਤੇ ਨਾ ਹੀ ਲੜਕਾ ਤੇ ਜੇ ਤੁਸੀਂ ਕਿਤੇ ਹੋਰ ਵੀ ਸਬੰਧ ਬਣਾਉਂਦੇ ਹੋ ਤਾਂ ਉਹ ਲਿਵ-ਇਨ ਰਿਲੇਸ਼ਨਸ਼ਿਪ ਨਹੀਂ ਮੰਨੇ ਜਾਵੇਗਾ ਜੇ ਕਿਸੇ ਦਾ ਵਿਆਹ ਹੋਇਆ ਹੈ ਤਾਂ ਉਹ ਲਿਵ-ਇਨ ਰਿਲੇਸ਼ਨਸ਼ਿਪ 'ਚ ਨਹੀਂ ਰਹਿ ਸਕਦਾ ਐਗਰੀਮੈਂਟ ਦੇ ਵਿੱਚ ਜ਼ਰੂਰ ਲਿਖੋ ਜੇਕਰ ਦੋਨਾਂ 'ਚੋਂ ਇੱਕ ਜਣਾ ਕੋਈ ਆਡੀਓ ਵੀਡੀਓ ਰਿਕਾਰਡ ਕਰਕੇ ਆਉਣ ਵਾਲੇ ਸਮੇਂ 'ਚ ਬਲੈਕਮੇਲ ਨਾ ਕਰੇ ਤਾਂ ਐਗਰੀਮੈਂਟ 'ਚ ਇਹ ਜਰੂਰ ਲਿਖਵਾਓ ਜੇ ਕੱਲ ਨੂੰ ਕਿਸੇ ਕਿਸੇ ਨੇ ਇਸ ਤਰ੍ਹਾਂ ਕੀਤਾ ਤਾਂ ਉਸਤੇ ਮਾਨਹਾਨੀ ਦਾ ਕੇਸ ਕੀਤਾ ਜਾ ਸਕਦਾ ਤੇ ਉਸ ਤੋਂ ਡੈਮੇजेस ਵੀ ਲਈ ਜਾ ਸਕਦੇ ਨੇ ਕੋਈ ਵੀ ਦੋਨਾਂ ਚੋਂ ਇੱਕ ਦੂਸਰੇ ਨੂੰ ਫੋਰਸ ਨਹੀਂ ਕਰੇਗਾ ਕਿ ਤੁਸੀਂ ਲਿਵ-ਇਨ ਰਿਲੇਸ਼ਨਸ਼ਿਪ 'ਚ ਵਿੱਚ ਲਗਾਤਾਰ ਰਹੋਗੇ ਕਦੇ ਵੀ ਛੱਡ ਸਕਦੇ ਹੋ ਵਿਆਹ ਕਰਾਉਣ ਵਾਸਤੇ ਪ੍ਰੈਸ਼ਰ ਨਹੀਂ ਪਾ ਸਕਦੇ ਔਰ ਕਿਸੇ ਵੀ ਤਰ੍ਹਾਂ ਦਾ ਦਬਾਅ ਨਹੀਂ ਪਾ ਸਕਦੇ ਐਗਰੀਮੈਂਟ 'ਚ ਇਹ ਮੈਂਸ਼ਨ ਕਰ ਸਕਦੇ ਹੋ ਅਖੀਰ ਤੇ ਜ਼ਰੂਰ ਲਿਖੋ ਜੋ ਸ਼ਰਤਾਂ ਲਿਖੀਆਂ ਗਈਆਂ ਹਨ ਉਹਨਾਂ ਵਿੱਚੋਂ ਦੋਨਾਂ ਵਿੱਚੋਂ ਕੋਈ ਵੀ ਸ਼ਰਤ ਤੋੜਦਾ ਤਾਂ ਰਿਲੇਸ਼ਨਸ਼ਿਪ ਖਤਮ ਕੀਤਾ ਜਾ ਸਕਦਾ ਨੋਟਰੀ ਟੈਸਟ ਕਰਵਾਓ ਰਜਿਸਟ੍ਰੇਸ਼ਨ ਨੰਬਰ ਵੀ ਲਗਾਓ ਹੋਰ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਘੰਟੀ ਦਾ ਬਟਨ ਦਬਾਓ